जा रहे दोस्तों क्या हाल है ठीक हो खरी खुश हो फिटो मैं उम्मीद करना ठीक ठाक हो सो खैर खैरफिया सारे, जोग -जोग तो सारे दोस्तों को सलामत रखे जुग जुग जीवो हयातियां मानो वसते रहो आबाद ताद रोहो मैं तुरा प्यारा दोस्त ग फार बनी तक यूट्यूब चैनल फेसबुक टिक टाक पे सारियां चीजें मेरे अपने ना दोस्तों कुछ यूट्यूबर दोस्त इन्होंने कोई थोड़ी जी चीज आगाह करना चाहते से दोस्त ویڈیو کو مکمل دیکھو ویڈیو میرے ہاں لمبیا کہنی ہن فزول کہنی ہن مختصر ویڈیو مختصر جے ویڈیو ہوندی ہے اور جے نئے یوٹیوبر ہن انہوں نے دوستاں کو دکھا ورتے سمجھاوندے کوشش کرنے سے کہ جے دوست محنت کرنے پین سارے بھرا او نئے یوٹیوبر ہن تے انہیں کو تھوڑا جا بندہ آگاہ کر رہے وے انہنے دے علم دے وچ اضافہ تھی ونے और उन्हें उन्होंने मुश्किल दूर थी वजे सारे वास्ते खुशी की गाल एजाज की गाल होंगी है बैया दोस्तों ठीक ठाक हो उस खैर उफियातो सब तो पहले है कि जो यूट्यूबर दोस्त ने कमेंट करे सो और जरा तुरा यूट्यूब का मसला है साको कमेंट लाजमी दसे सो और मेरे रब करे सो अगर रबता करना चाह पहले मैं अपना तुझो नंबर भी दे तो दसा खुद भी तुरे रबाता करे स ਤੁਸਾਂ ਜਿਹੜੇ ਦੋਸਤ ਯੂਟਿਊਬਰ ਵੀ ਬਾਕੀ ਵੀ ਦੋਸਤਾਂ ਨਾਲ ਮਹੱਤਵਾਂ ਵੰਡੇ ਨਾ ਵੰਡੇ ਰਹੇ ਵੰਦੇ ਸੇ ਤੇ ਦੋਸਤੋ ਇਹ ਹੈ ਕਿ ਤੁਸਾਂ ਜਿਹੜਾ ਯੂਟਿਊਬ ਚੈਨਲ ਹੈ ਨਾ ਯੂਟਿਊਬ ਚੈਨਲ ਦੇ ਉਤੇ ਕੋਸ਼ਿਸ਼ ਕਰੋ ਕਿ ਸ਼ਾਰਟ ਵੀਡੀਓ ਸਟੋ ਸ਼ਾਰਟ ਵੀਡੀਓ ਹੋਵੇ 15 ਸੈਕਿੰਡ 20 ਸੈਕਿੰਡ ਦੀ ਵੀਡੀਓ ਹੋਵੇ ਉਹ ਤੁਸਾਂ ਅਪਲੋਡ ਕਰ ਦਿਓ ਉਹਦੇ ਨਾਲ ਫਾਇਦਾ ਕੀ ਹੈ ਉਹ ਫਾਇਦਾ ਵੀ ਤੁਹਾਨੂੰ ਮੈਂ ਦੱਸਣਾ ਔਰ ਜਿਹੜਾ ਇਹ ਲੰਬਿਆ ਵੀਡੀਓ ਜਿਵੇਂ ਵਲਾਗ ਬਣਨੋ ਜਾਂ ਜਿਵੇਂ ਜਿਵੇਂ ਤੁਹਾਡਾ ਮਵਾਦ ਹੋਣ YouTube ਤੇ ਉਹ ਵੀ ਤੁਸੀਂ ਸੱਟੇ ਰਾਇਵਨੋ ਲੇਕਿਨ ਡੇਲੀ ਬੇਸ ਦੇ ਉਤੇ ਤੁਹਾਡਾ ਇੱਕ 2 ਸ਼ਾਰਟ ਵੀਡੀਓ ਹੋਵੇ ਜਿਹੜਾ YouTube ਦੇ ਉਤੇ ਅਪਲੋਡ ਕਰੋ ਚਾਹੇ ਤੁਹਾਡਾ ਚੈਨਲ ਮੋਨਟਾਈਜ਼ ਹੈ ਚੈਨਲ ਮੋਨਟਾਈਜ਼ ਕਾਇ ਨਹੀਂ ਤੁਸੀਂ ਸ਼ਾਰਟ ਵੀਡੀਓ ਸੱਟੋ ਚਾਹੇ ਆਪਣੀ ਆਵਾਜ਼ ਦੇ ਵਿੱਚ ਸੱਟੋ ਚਾਹੇ ਜਿਵੇਂ ਸੱਟੋ ਤਵੇ ਲੇਕਿਨ ਵੀਡੀਓ ਕਾਪੀਰਾਈਟ ਨਾ ਹੋਵੇ ਔਰ 15 ਸੈਕਿੰਡ ਤੱਕ ਕੋਈ ਸੌਂਗ ਕੋਈ ਆਡੀਓ ਕਾਪੀਰਾਈਟ ਕਹਿਣੀ ਹੁੰਦੀ ਬਲਕਿ ਵੀਡੀਓ ਵੀ ਕਹਿਣੀ ਹੁੰਦੀ ਤੁਸੀਂ ਕੋਸ਼ਿਸ਼ ਕੀਤੀ ਕਰੋ ਕਿ YouTube ਦੇ ਉੱਤੇ ਸ਼ਾਰਟ ਵੀਡੀਓ ਆਪਣੀ ਸੱਟੀ ਕਰੋ ਤੇ ਬਿਨੇ ਵੀਡੀਓ ਕਨੇ ਹਟ ਕਨੇ ਔਰ ਸ਼ਾਰਟ ਵੀਡੀਓ ਦਾ ਫਾਇਦਾ ਇਹ ਹੈ ਕਿ ਸ਼ਾਰਟ ਵੀਡੀਓ ਵਾਇਰਲ ਜਲਦੀ ਥੀ ਨਹੀਂ ਉਹਨਾਂ ਤੇ ਵਿਊਜ਼ ਜਲਦੀ ਆਂਦਨ ਉਹਨਾਂ ਤੇ ਬਿਆ ਮਜ਼ੇ ਦੀ ਗੱਲ ਜਰੀ ਹੈ ਨਾ ਸ਼ਾਰਟ ਵੀਡੀਓ ਦੇ ਉੱਤੇ ਸਬਸਕ੍ਰਾਈਬਰ ਜ਼ਿਆਦਾ ਆਂਦਨ ਹੁਣ ਮੈਂ ਤਕਰੀਬਨ ਇਹਨਾਂ ਕੁਝ ਨਹੀਂ ਮਾਰਿਆ ਕਿ ਸ਼ਾਰਟ ਵੀਡੀਓਜ਼ ਅਟੈਂਸ਼ਨ ਦੇ ਵਿੱਚੋਂ ਮੈਨੂੰ ਪਤਾ ਲੱਗ ਗਿਆ ਕਿ ਸ਼ਾਰਟ ਵੀਡੀਓ ਨਾਲ ਫਾਇਦਾ ਕੀ ਹੈ ਸ਼ਾਰਟ ਵੀਡੀਓ ਨਾਲ ਚੈਨਲ ਦੀ ਰੀਚ ਵਧਵੰਦੀ ਹੈ ਵਿਊਜ਼ ਢੇਰ ਆਉਣ ਪੌਵੰਨ ਚੈਨਲ ਗਰੋ ਕਰਨ ਪੌਵੰਨ ਠੀਕ ਹੈ ਸ਼ਾਰਟ ਵੀਡੀਓ ਦੇ ਵਿਊਜ਼ ਜ਼ਿਆਦਾ ਹੁੰਦਨ ਉਹ ਵੀ ਵੀਡੀਓ ਤੁਹਾਡੇ ਉੱਤੇ ਵੀ ਆਉਸਨ ਵਿਊਜ਼ ਵਲੌਗ ਦੇ ਉੱਤੇ ਜਾਂ ਜਿਹੜੀ ਤੁਸੀਂ ਅਪਲੋਡ ਕਰੰਦੋ ਅਗਰ ਤੁਹਾਡੀ ਸ਼ਾਰਟ ਵੀਡੀਓ ਇੱਕ ਵਾਇਰਲ ਥੀ ਵੰਦੀ ਹੈ ਤਾਂ ਕਈ ਦੇ ਅਗੋ ਵੰਦੀ ਹੈ ਕਈ ਯੂਟਿਊਬਰ ਦੇ ਅਗੋ ਜਾਂ ਕਈ ਵਿਊਅਰ ਦੇ ਅਗੋ ਤਹੋ ਤੋਰੀ ਸ਼ਾਰਟ ਵੀਡੀਓ ਦੇਖ ਕੇ ਨਹੀਂ ਉਹ ਸ਼ਾਰਟ ਵੀਡੀਓ ਦੀ ਵਜ੍ਹਾ ਕਰਨੇ ਤੋਰੇ ਪੂਰੇ ਮੁਕੰਮਲ ਚੈਨਲ ਦਾ ਆ ਕੇ ਵਿਜ਼ਿਟ ਕਰਨੇ ਔਰ ਆ ਕੇ ਤੋਰੇ ਚੈਨਲ ਕੋ ਸਬਸਕ੍ਰਾਈਬ ਕਰੈਸੀ ਔਰ ਕਮੈਂਟ ਕਰੈਸੀ ਸ਼ਾਰਟ ਵੀਡੀਓ ਦਾ ਇਹ ਫਾਇਦਾ ਹੈ ਉਹ ਸ਼ਾਰਟ ਵੀਡੀਓ ਵੀ ਮੋਨਟਾਈਜੇਸ਼ਨ ਸ਼ਾਰਟ ਵੀਡੀਓ ਦੀ ਆਨੇ ਉਹ ਕਾਫੀ ਅਰਸਾ ਕਰਨੇ ਉਹ ਵੀ ਤੋ ਕੋ ਮੈਂ ਦਸ ਦਿੱਤੀ ਆਈ ਉਹ ਵੀ ਰੁਪਿਆ 8 ਨੇ ਜਿੰਨਾ ਪੁਆਇੰਟ ਹੋਣ ਉਹ ਵੀ ਦੇਂਦੀ ਹੈ ਅਗਰ ਜ਼ਿਆਦਾ ਵੀਜ਼ ਆਵਣ ਤਾਂ ਜ਼ਿਆਦਾ ਦੇਵਣ ਪਹੁੰਚੇ ਲੇਕਿਨ ਬਰਹਾਲ YouTube ਦੀ ਰੀਚ ਵੀ ਵਧ ਵਣੀ ਹੈ ਔਰ ਸਬਸਕ੍ਰਾਈਬਰ ਆਸਾਨੀ ਦੇ ਨਾਲ ਇਨ ਸ਼ਾਰਟ ਵੀਡੀਓ ਦੇ ਵਿੱਚ ਤੁਸਾਂ ਇੱਕ ਪ੍ਰੈਕਟੀਕਲ ਤਜਰਬਾ ਕਰਕੇ ਦੇਖੋ ਕਿਉਂਕਿ ਮੈਂ ਜਿਹੜਾ ਹੁੰਦਾ ਜਿਹੜੀ ਗੱਲ ਹੁੰਦੀ ਹੈ ਜਿਹੜੀ ਹਕੀਕਤ ਹੁੰਦੀ ਹੈ ਤੋਰੇ ਨਾਲ ਜ਼ਰੂਰ ਸ਼ੇਅਰ ਕਰਨਾ ਔਰ ਹਕੀਕਤ ਹੁੰਦੀ ਹੈ ਮੇਰੀ ਉਹਨਾਂ ਜਮੈਂ ਕੋਈ ਕੂੜ ਫਰੇਬ ਨਹੀਂ ਕਰਦਾ ਅਗਰ ਮੇਰੇ ਕੋਲ ਕੋਈ ਵੀਡੀਓ ਨਹੀਂ ਹੁੰਦੀ ਤੋ ਮੈਂ ਨਹੀਂ ਅਪਲੋਡ ਕਰਦਾ ਅਗਰ ਅਪਲੋਡ ਕਰਸਾਂ तो उनोकू साकू सारियों जानों फायदा थी कोशिश भी बंदा इमें करे ठीक है ना ते शार्ट वीडियो के उत्ते कम करो और वीडियो सट्टो डेली त्राई वीडियो शार्ट सट्टो औरकू इवें एक हफ्ता कम करके हफ्ते के बाद रिजल्ट तुरे अगू आवेगी तो वाकई अखबार बहत सागो सही आख्या और हकीकत आख्या शॉर्ट वीडियो चैनल का कितना फायदा थी ਔਰ ਕਿੰਨਾ ਵਿਊਜ਼ ਆਂਦਨ ਕਿੰਨਾ ਸਬਸਕ੍ਰਾਈਬਰ ਆਂਦਨ ਕਿੰਨਾ ਡਾਲਰ ਆਂਦਨ ਜਿਨ੍ਹਾਂ ਦੇ ਦੋਸਤਾਂ ਦੇ YouTube ਚੈਨਲ ਮੋਨੋਟਾਈਜ਼ ਹਨ ਉਹਨਾਂ ਨੂੰ ਵੀ ਪਤਾ ਲੱਗ ਵੇ ਸੀ ਜਿਨ੍ਹਾਂ ਦੇ ਕਹਿ ਨਹੀਂ ਉਹਨਾਂ ਨੂੰ ਇਹ ਫਾਇਦਾ ਤੇ ਸੀ ਉਹਨਾਂ ਦਾ ਸਬਸਕ੍ਰਾਈਬਰ ਆਉਸਨ ਉਹਨਾਂ ਦਾ ਵਾਚ ਟਾਈਮ ਜ਼ਿਆਦਾ ਜਲਦੀ ਪੂਰਾ ਥੀ ਵੀ ਸੀ ਕਿਉਂਕਿ ਵਿਊਜ਼ ਜ਼ਿਆਦਾ ਆਂਦਨ ਤੇ ਤੁਸੀਂ ਇਹ ਤਜਰਬਾ ਜ਼ਰੂਰ ਕਰਕੇ ਦੇਖੋ ਅੱਲਾਹ ਪਾਕ ਸਾਰੇ ਦੋਸਤਾਂ ਨੂੰ ਸਲਾਮਤ ਰੱਖੇ ਕਮਾਲ ਕਮਾਲ ਮੁਹੱਬਤਾਂ ਇਨਸ਼ਾਅੱਲਾ ਮਿਲਦੇ ਸੇ ਨੈਕਸਟ ਵੀਡੀਓ ਦੇ ਵਿੱਚ ਔਰ ਤਲੇ ਆਪਣਾ ਕਮੈਂਟ ਲਾਜ਼ਮੀ ਕਰੇ ਸੋ ਕਮਾਲ ਮੁਹੱਬਤਾਂ ਥੀ ਗਿਆ ਮੇਰੇ YouTube ਚੈਨਲ ਕੋ ਬਲਾਹ ਇੱਕ ਵਾਰ ਜਿਹਨੇ ਦੋਸਤ ਸਬਸਕ੍ਰਾਈਬ ਕਰਨੀ ਕੀਤਾ ਸਬਸਕ੍ਰਾਈਬ ਕਰਕੇ ਨਾਲ ਕਮੈਂਟ ਕਰੇ ਸੋ ਮੁਹੱਬਤਾਂ ਹੁੰਦੇ ਸੋ